ਉਹਦੇ ਤੇ ਕਿਸੇ ਇੱਕ ਚੈਨਲ ਦਾ ਠੇਕਾ ਲਿਆ ਉਹਨਾਂ ਨੇ ਪਰ ਲੈ ਲਿਆ ਸੀ ਠੇਕਾ 11 ਸਾਲ ਬਾਅਦ ਬਹਿ ਜਾਓ ਸਰ ਬਹਿ ਕੇ ਗੱਲ ਕਰਦੀ 11 ਸਾਲ ਹੋ ਗਏ ਇੱਕ ਚੈਨਲ ਤੇ ਲਈ ਜਾਂਦਾ ਜੀ 21 ਜੁਲਾਈ ਨੂੰ ਖਤਮ ਹੋ ਰਿਹਾ ਐਗਰੀਮੈਂਟ 2023 ਚ 12 ਚ ਦਿੱਤਾ ਸੀ ਪਹਿਲੀ ਗੱਲ ਤਾਂ ਇਹ ਹੈ ਜੀ ਜੇ 5 ਸਾਲ ਤੋਂ ਬਾਅਦ ਵੱਧ ਕਿਸੇ ਵੀ ਦੇਸ਼ ਦੇ ਸੰਵਿਧਾਨ ਮੁਤਾਬਕ ਕਿਸੇ ਵੀ ਸੰਸਥਾ ਚ ਇਲੈਕਸ਼ਨ ਨਾ ਹੋਵੇ ਉਹ ਗੈਰ ਲੋਕਤੰਤਰਿਕ ਹੋ ਜਾਂਦੀ ਹੈ ਸ਼੍ਰੋਮਣੀ ਕਮੇਟੀ ਦੇ 11 ਸਾਲ ਹੋ ਗਏ ਜੀ ਇਲੈਕਸ਼ਨ ਨਹੀਂ ਹੋਈਆਂ ਉਹ ਆਪ ਗੈਰ ਲੋਕਤੰਤਰਿਕ ਨੇ ਆਪ ਕਾਰਜਕਾਰੀ ਨੇ ਜਿਹੜੇ ਕੱਲ ਕਾਰਜਕਾਰੀ ਜਥੇਦਾਰ ਸਾਹਿਬ ਨੂੰ ਉਤਾਰ ਰਹੇ ਸੀ ਆਪ ਕਾਰਜਕਾਰੀ ਨੇ ਤੇ ਮੈਂ ਕਦੋਂ ਕਹਿਣਾ ਜੀ ਕਿ ਮੇਰੇ ਕਿਸੇ ਚੈਨਲ ਨੂੰ ਦੇ ਦਿਓ ਨਾ ਮੇਰਾ ਕੋਈ ਚੈਨਲ ਹੈ ਨਾ ਮੇਰੇ ਰਿਸ਼ਤੇਦਾਰ ਦਾ ਕੋਈ ਮਾਫੀਆ ਹੈ ਇਸ ਗੱਲ ਤੇ ਤਾਂ ਪੀਟੀਸੀ ਵਾਲਿਆਂ ਨੂੰ ਪੀਟੀਸੀ ਦੇ ਮਾਲਕਾਂ ਨੂੰ ਚਲੋ ਬਾਦਲਾਂ ਨੂੰ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਜਿਹੜੀ ਚੀਜ਼ ਪਹਿਲਾਂ ਸਾਨੂੰ ਮੁੱਲ ਮਿਲਦੀ ਸੀ ਉਹ ਸਾਨੂੰ ਫ੍ਰੀ ਮਿਲਿਆ ਕਰੂਗੀ ਉਹਨੂੰ ਦਿੱਕਤ ਕੀ ਹੈ ਜੀ ਮੈਂ ਦੱਸਦਾ ਦਿੱਕਤ ਕੀ ਹੈ ਕਿਉਂਕਿ ਮੈਂ ਕਲਾ ਆਰਟ ਵਾਲੇ ਫੀਲਡ ਨਾਲ ਰਿਲੇਟਡ ਹਾਂ ਜਥੇਦਾਰ ਸਾਹਿਬ ਨੇ ਵੀ ਹੁਕਮ ਕੀਤਾ 1 ਸਾਲ ਪਹਿਲਾਂ ਕਿਉਂਕਿ ਜਥੇਦਾਰ ਸਾਹਿਬ ਅਪੀਲ ਨਹੀਂ ਕਰਦੇ ਹੁੰਦੇ ਜਥੇਦਾਰ ਸਾਹਿਬ ਹੁਕਮ ਕਰਦੇ ਫਰਮਾਨ ਕਰਦੇ ਆ ਅਕਾਲ ਤਖਤ ਸਾਹਿਬ ਸਾਡੀ ਸਰਵਉੱਚ ਪਦਵੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਪਿਛਲੇ ਸਾਲ ਇਹ ਹੁਕਮ ਕੀਤਾ ਸੀ SGPC ਨੂੰ ਕਿ ਤੁਸੀਂ ਆਪਣਾ ਚੈਨਲ ਬਣਾਓ ਤੇ ਉਹਦੇ ਤੇ ਗੁਰਬਾਣੀ ਆਉਣੀ ਚਾਹੀਦੀ ਹੈ ਉਹਦੀ ਕਿਉਂ ਨਹੀਂ ਮੰਨੀ ਜੀ ਨਹੀਂ ਮੰਨੀ ਬਣਾ ਲਏ ਚੈਨਲ ਨਹੀਂ ਬਣ ਦਿੰਦੇ ਉਹ ਬੈਠੇ ਨੇ ਉਹ ਕਹਿੰਦੇ ਨਾ ਇਹ ਸਾਡੇ ਹੈ ਇਹ ਤੇ ਕਬਜ਼ਾ ਸਾਡਾ ਮੈਂ ਹੁਣ ਦੱਸਦਾ ਪੂਰੀ ਦੁਨੀਆ ਇਸ ਵਕਤ ਦੇਖ ਰਹੀ ਹੋਊਗੀ ਮੈਂ ਦੱਸਦਾ ਇਹ ਪੈਸੇ ਕਿਵੇਂ ਕਮਾਉਂਦੇ ਆ ਧਾਮੀ ਸਾਹਿਬ ਤਾਂ ਚਲੋ ਉਹਨਾਂ ਦੇ ਪ੍ਰਧਾਨ ਨੇ ਲਾਏ ਹੋਏ ਨੇ ਕੱਲ੍ਹ ਨੂੰ ਉਹਨਾਂ ਨੂੰ ਵੀ ਕਹਿ ਦੇਣਗੇ ਕਾਰਜਕਾਰੀ ਸੀ ਚੱਲ ਵੀ ਤੂੰ ਉਹ ਕਹਿੰਦੇ ਫ੍ਰੀ ਟੂ ਏਅਰ ਤਾਂ ਹੈਗੀ ਹੈ ਜੀ ਅਸੀਂ ਕਦੋਂ ਕਿਸੇ ਨੂੰ ਕੁਛ ਕਹਿੰਦੇ ਫ੍ਰੀ ਟੂ ਏਅਰ ਨਹੀਂ ਹੈਗੀ ਮੀਡੀਆ ਵਾਲੇ ਬੈਠਿਆ ਜੇ ਫ੍ਰੀ ਟੂ ਏਅਰ ਹੁੰਦੀ ਬਾਕੀ ਚੈਨਲਾਂ ਤੇ ਕਿਉਂ ਨਹੀਂ ਆਉਂਦੀ ਕਿ ਉਹ ਬਾਕੀ ਚੈਨਲ ਗੁਰਬਾਣੀ ਨੂੰ ਪਸੰਦ ਨਹੀਂ ਕਰਦੇ ਜਾਂ ਬਾਕੀ ਚੈਨਲਾਂ ਨੂੰ ਸੁਣਨ ਵਾਲੇ ਦਰਸ਼ਕ ਗੁਰਬਾਣੀ ਨੂੰ ਪਸੰਦ ਨਹੀਂ ਕਰਦੇ ਫ੍ਰੀ ਟੂ ਏਅਰ ਨਹੀਂ ਹੈਗੀ ਜੀ ਐਕਸਕਲੂਸਿਵ ਰਾਈਟਸ ਨੇ ਇਹਨੂੰ ਇੰਗਲਿਸ਼ ਚ ਕਹਿੰਦੇ ਆ ਸਰ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਇੰਟਲੈਕਚੁਅਲ ਵਕੀਲ ਬੈਠੇ ਹੋਣਗੇ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਹੈ ਕਿ ਮੈਂ ਹੀ ਇਸ ਕੰਟੈਂਟ ਦਾ ਮਾਲਕ ਹਾਂ ਕੰਟੈਂਟ ਹੋ ਗਿਆ ਜੋ ਲਿਖਿਆ ਹੈ ਇਹ ਕਿਵੇਂ ਮਾਲਕ ਬਣ ਗਏ ਸਰ ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਰੀ ਭਗਤਾਂ ਦੀ ਪੱਟਾਂ ਦੀ ਬਾਣੀ ਹੈ ਵਿੱਚ ਗੁਰੂ ਅਰਜਨ ਸਾਹਿਬ ਨੇ ਕੰਪਾਇਲ ਕੀਤੀ ਤੇ ਮਾਲਕ ਇਹ ਬਣ ਕੇ ਬਹਿ ਗਏ ਕਿ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਸਾਡੇ ਕੋਲ ਨਹੀਂ ਸਰ ਹੋ ਹੀ ਨਹੀਂ ਸਕਦਾ ਤੇ ਇਸੇ ਕਰਕੇ ਇਹਨਾਂ ਨੂੰ ਹੁਣ ਦੁੱਖ ਹੋ ਰਿਹਾ ਕਿਉਂਕਿ ਮੈਨੂੰ ਸਾਰਾ ਪਤਾ ਹੈ ਹੁਣ ਇਹ ਪੈਸੇ ਕਿਵੇਂ ਕਮਾਉਂਦੇ ਨੇ ਤੁਸੀਂ ਕਹਿੰਦੇ ਨਾ ਜੀ ਗੁਰਬਾਣੀ ਤਾਂ ਜੀ ਬਿਲਕੁਲ ਪੀਟੀਸੀ ਜਿੱਥੇ ਮਰਜ਼ੀ ਲਾ ਲਓ ਜੀ ਕੋਈ ਐਡ ਨਹੀਂ ਆਉਂਦੀ ਜੀ ਨਾ ਨਾ ਉਹਦੇ ਵਾਸਤੇ ਐਡ ਆਉਣਾ ਜ਼ਰੂਰੀ ਨਹੀਂ ਹੁੰਦਾ ਸਰ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਪੂਰੀ ਦੁਨੀਆਂ 'ਚ ਪੰਜਾਬੀ ਵੱਸਦੇ ਆ ਉੱਥੇ ਜੇ ਪੀਟੀਸੀ ਲਵਾਉਣਾ ਆਪਣੇ ਘਰੇ 3-4 ਚੈਨਲਾਂ ਦਾ ਪੈਕੇਜ ਹੋਊਗਾ $54 ਲੱਗਦੇ ਆ ਜੀ ਅਮਰੀਕਾ ਕੈਨੇਡਾ 'ਚ ਜੇ ਪੀਟੀਸੀ ਲਵਾਉਣਾ ਉਹ ਲਵਾਉਣਾ ਹੀ ਪੈਣਾ ਕਿਉਂਕਿ ਗੁਰਬਾਣੀ ਸੁਣਨੀ ਹੈ ਗੁਰਬਾਣੀ ਘਰੇ ਚੱਲਦੀ ਹੋਵੇ ਬਰਕਤ ਆਉਂਦੀ ਹੈ ਜੀ ਹਰੇਕ ਦੇ ਘਰੇ ਚੱਲਦੀ ਹੈ ਬਹੁਤ ਸਾਰੇ ਬੈਠੇ ਲੋਕ ਗੁਰਬਾਣੀ ਚੱਲਦੀ ਹੈ ਸ਼ਾਮ ਨੂੰ ਸਵੇਰੇ ਹੁਕਮਨਾਮਾ ਅਰਦਾਸ ਸੁਣਦੇ ਹਾਂ ਉਹ $54 ਇੱਕ ਟੀਵੀ ਦਾ ਜੀ ਦੇਖ ਲਓ ਹੁਣ ਕਿੰਨੇ ਟੀਵੀ ਨੇ ਫਿਰ ਤੇ ਫਿਰ ਉਸ ਗੁਰਬਾਣੀ ਕਰਕੇ TRP ਟੈਲੀਵਿਜ਼ਨ ਰੇਟਿੰਗ ਪੁਆਇੰਟ TRP ਵੱਧ ਜਾਂਦੀ ਹੈ ਜੀ ਕਿ ਜੀ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਇਹ ਚੈਨਲ ਲੋਕਾਂ ਵੱਲੋਂ ਦੇਖਿਆ ਗਿਆ ਉਹਦੇ ਨਾਲ ਵਿਗਿਆਪਨ ਉਹਦੇ ਨਾਲ ਆਉਂਦੇ ਨੇ ਜੀ ਉਸ ਚੈਨਲ ਦੇ ਕਿ ਯਾਰ ਇਹਨਾਂ ਨਾਲ ਗੱਲ ਕਰੋ ਇਹਨਾਂ ਨੂੰ ਲੋਕ ਦੇਖਦੇ ਆ ਐਂ ਆਉਂਦੇ ਆ ਜੀ
ताइयों पेट दिया जी, और उन्होंने की लोड़ा इंटलैक्चुअल प्रॉपर्टी राइट अपने को लैके कहने फ्री टू एयर है, कहने फ्री टू एयर है। जो असी कह रहे हैं, असी ये कह रहे हैं कि उत्थे कैमरे ले आने की लोड़ नहीं है जी। दरबार साहब जिथे गुरु ग्रंथ साहब जी का पाठ हुंदा है, कीर्तन चलता है, उत्थे कैमरे नहीं जाणगे भी भगवंत मान ने कहा सारयां नूं फ्री करो तो उत्थे कैमरिया का हड़ आ जाऊगा। ना ना ना, कैमरे उन्ने ही रहेंगे, दो तीन जिहड़ी बाहर फीड आऊगी उन्हूं फीड कहिंदे जी, वह सारयां वास्ते फ्री कर दो। जिवें कि आपां हुण इस वक्त विधानसभा च इत्थे कैमरे किन्ने किन्ने जी, पर सारे चैनलों ते लाइव चल रहा जी, इत्थे कैमरे वाले तो नहीं आए हुए ना। इस वक्त न्यूज 18 ते जी ते एबीपी ते सारे ते लाइव चल रहा है, इत्थे उन्होंने कैमरे थोड़ी आए हुए ने, वह बाहर खड़े ने। हां नाल असी यह कलॉज पाया कि गुरबाणी तो अद्धा घंटा पहला, गुरबाणी तो अद्धा घंटा बाद कोई ऐड नहीं आऊगी, ताकि कोई यह ना कहे कि 6:30 गुरबाणी प्रसारण करदा मैं, चैनल कवे कोई मेरे नाल इन्ने लख लोग जुड़ जाते हैं 6:30, इस करके 6:00 तो मेरिया ऐडा देनिया शुरू कर, तो फिर 7:30 मैं खत्म करूंगा, उदों भी लोग जुड़े रहते हैं, मैं 7:30 to 8:00 तक मेरी ऐडा दे। जिवें सर क्रिकेट दे मैच हुंदा, मैं 7:30 शुरू हुंदा, 7:00 टॉस हो जाता, टॉस तो बाद तो लाइव ही चलता ना, ऐडा उच भी आउंदियां ने, तो जो मैच शुरू हो जाता, मैच खत्म हो जाता, फिर अद्धा घंटा चलता बाद मैन ऑफ द मैच, ये वो ये उम्मीद इन्होंने कर लिया जी। तो गुरु साहब की बाणी सर्व सांझी है, मनुखता के भले की सर्वत के भले की बाणी है। जो मैं ये कह रहा कि सारे नूं फ्री करो, कहिंदे जी भगवंत मान सिखां दे मामले दखल दे रहे जी, असी भी सानू तो जे कला निशान साहब ही कितो दूरों ही नजर आ जाए ना, गुरुद्वारा साहब भावें दूर होवे तां भी मत्था टेकण वाले बंदे हैं जी, असी असी मत्था लैण जोगे हैं कितें, असी तां निमाणे हैं जी। मैं जदों भी कितें गुरुद्वारा साहब जाना, मैं यह कहना हुंदा कि जिहड़े पहला लाइन च लगे हुए ने मत्था उह टेकणगे पहलां, बहुता प्रोटोकॉल ना करिया करो। तो सर जदों इह जांदे ने तां टब्बर जांदा कीर्तन वाले भी उठ के खड़े हो जाते, वाहिगुरू वाहिगुरू, वो नहीं है ना सिखां दा नाम लैंदा कल ना। सो असी तां जी जिहा जे हैगे आ दिलों, उह जे जबानों आ, असी मौका देख के दाड़ी नहीं खोलते सर, जिहा जे हैगे आ हैगे आ, इहदा पता सच्चे आ, बंदा कोई नुक्स कट के दिखा दे तो मान जाएंगे। इतने कद ए कर ला, कद ए कर ला, वोटा आ गई ए कर ला, नहीं तो ए कर ला, ये गल सही है। सो इन्ना हूं मैं ऑडियो भी पाया बेच, मैं तेन पहला पढ़ के सुना सर, मैं कोई कच्चियां गोलियां नहीं खेडिया हुआ, ना ही मैं कोई बिना तथ्यों तो बोलना। ऑनरेबल सुप्रीम कोर्ट वायल अप होल्डिंग द वैलिडिटी ऑफ हरियाणा सिख गुरुद्वारा मैनेजमेंट एक्ट 2014 डिसमिस द पिटीशन ऑफ एसजीपीसी एंड फर्दर हेल्ड दैट द स्टेट वुड हैव पावर टू लेजिस्लेट बोथ अंडर एंट्री 228 यानी कि 28 ऑफ द कॉन्करेंट लिस्ट और एंट्री 32 ऑफ द स्टेट लिस्ट प्रोवाइडेड इन द 7th शेड्यूल ऑफ द कॉन्स्टिट्यूशन ऑफ इंडिया। दिस इज अ स्टेट एक्ट, दिस इज नॉट अ सेंट्रल एक्ट। धामी साहब वकील ने मैनू हद है कितों की वकालत, मैंने इतनी शक पैन लगे हूं, हद पढ़ो, इट्स अ स्टेट एक्ट। सुप्रीम कोर्ट तो खुद एससीबीसी अपनी डिसमिस करा के ये फाइल कि स्टेट एक्ट है, जाओ इतो। सो उस बाद फिर दोबारे लिखे 28 ते 32 जी लिस्ट है, एंट्री 28 ऑफ
कॉन्करेंट लिस्ट चैरिटीज एंड चैरिटेबल इंस्टीट्यूशन चैरिटेबल एंड रिलीजियस एंड द रिलीजियस इंस्टीट्यूशन उसके बारे फैसला ले सकती है सरकार। असी मैं की कह रहे जी मैं इस बिल दे विच मैं पढ़ के सुना दिना सर इस बिल दे विच मैं कह ही रहा जी मैं इस कोई अपने आप नूं तां राइट लै नहीं रहा कि मैनू राइट्स दे दो मैं इहदे विच ये कह रहा कि इट शैल बी द ड्यूटी ऑफ द बोर्ड बोर्ड मीनस एस जी पी सी इट शैल बी 125A है सर इन 125A मनिया जाऊगा जो ये विधानसभा के पास हो गया 125A का क्लॉज वन है कि इट शैल बी द ड्यूटी ऑफ द बोर्ड टू प्रोपेगेट द टीचिंग्स ऑफ द गुरुज बाय मेकिंग अनइंटरप्टेड लाइव टेलीकास्ट ऑफ होली गुरबाणी फ्री ऑफ कॉस्ट विदाउट एनी स्क्रीन रनिंग एडवर्टाइजमेंट कमर्शियल्स डिस्ट्रॉशन लाइव फीड ऑडियो एंड ऑडियो एज वेल एज वीडियो ऑफ होली गुरबाणी फ्रॉम श्री हरिमंदर साहब अवेलेबल फ्री ऑफ कॉस्ट टू ऑल मीडिया हाउसेज आउटलेट्स प्लेटफॉर्म्स चैनल एक्सेट्रा हू एवर विश टू ब्रॉडकास्ट इट फॉर ब्रॉडकास्ट एनी वेयर इंक्लूडिंग ऑल ओवर द वर्ल्ड। सर नाल असं ये भी कह रहे हैं कि एनी वन ब्रॉडकास्टिंग होली गुरबाणी फ्रॉम श्री हरिमंदर साहिब शैल नॉट रन एनी एडवर्टाइजमेंट एट लीस्ट 30 मिनट्स प्रायर टू द स्टार्ट ऑफ द ब्रॉडकास्ट ऑफ गुरबाणी एंड 30 मिनट आफ्टर द ब्रॉडकास्ट ऑफ गुरबाणी इज ओवर। आ गल कह रहे हैं सर कि 30 मिनट पहले नहीं कोई ऐड आनी चाहिए 30 मिनट बाद नहीं कोई आनी ताकि गुरबाणी जिस वे प्रसारण हो रही है उन्होंने कोई कमर्शियल आइटम ना बना सके कि मैं इन्ने बजे गुरबाणी आँगी तो मैं एडा इन्ने बजे दे दे जबकि सर जो चैनल चलता है पीटीसी का उत्ते एडा आदि सर पहले ही एडा आदि उत्तर उतो 2 मिनट पहला भी एड आती है वो थले रनिंग चलदी ने असं तो वो भी अस करें मैं कहदे वास्ते करें सर मैं चाहना कि गुरु की बाणी जी है पूरी दुनिया च फैले तो एस जी पी सी का भी यही मोटिव है कि प्रचार करे उन्होंने को 1000 करोड़ का बजट है एस जी पी सी कहेंगे ना 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 ए थोड़ी प्रचार कर देवे थोनों साढ़े मुताबक चलूगा हूँ पता की हो लगे सर मैं तुम दस दिना क्योंकि मेरे बत्ती दंद ने मेरिया गल् सचिया ने हूँ इन्होंने पंगा पिया होया एक ना पीटीसी सिमरन नाम का चैनल आता है पीटीसी सिमरन उन्होंने ये एस जी पी सी देन लगे हूँ अगले 3-4 दिन फैसला हो जूगा मेरे को आ गई रिपोर्टा आफ्टर ऑल मुख्यमंत्री हैं सर पीटीसी सिमरन में एस जी पी सी दे के कहेंगे एस जी पी सी ने अपना चैनल खोल लिया जी इनू दे दो हूँ रहा फिर उत्ती रहा फिर उस घर ची इन की प्रॉब्लम है कितने नाल लेके जाने इन्होंने पैसे कितने धर्मराज ना गल होगी भी हाँ थोड़े रे आ जा करे गुरबाणी है फैलन तो पूरी दुनिया च मैं गुवाहाटी गया मेरा एक दोस्त हैदराबाद तो फोन किया वो गया सी आया सीगा एलए तो हैदराबाद आया बेंगलोर आया वो कोई बिजनेस के सिलसिले च कहते यार होटल च मैं आया 5-star होटल है तो यार इतने पीटीसी नहीं चलता तो मैं तो यार बाणी फिर कितों सुना मैं गुवाहाटी जाने टीवी से नहीं आता पर सीधा होर कोई चैनल ला लो एक गल मैं मीडिया साथी बैठे ने एक गल मैं कह दिना सर अज मुकदस हाउस के रिकॉर्ड से जाऊगी जिस दिन 21 जुलाई तो बाद फ्री टू एयर तो फ्री ऑफ कॉस्ट होगी ना सर तुम जिहड़ा मर्जी चैनल लाओगे ना थानू अगे गुरबाणी सुनने मिलेगी खबर ला लियो भावें कोई खेडा ला लियो जिहड़ा मर्जी ला लियो गुरबाणी मिलेगी सर मैं वो चाहना कि जिहड़ा चैनल लाइए साढ़े गुरु की बाणी उत्थे हो तो गुरु साहब ने बाणी उदासियां कर करके पहली उदासी तो 10 साल की सी उदासियां कर करके बाणी उचरी है बाबा मरदाना जी रबाब चकते सी मरदानिया छेड़ रबाब बाणी उतरी है
ਬਾਣੀ ਉਤਰੀ ਹੋਈ ਹੈ, ਇਹ ਕਿਸੇ ਦੀ ਥੋੜ੍ਹੀ ਹੈ। ਇਹਨੂੰ ਕੋਈ ਕਮਰਸ਼ੀਅਲਾਈਜ਼ ਕਰ ਦੇ ਤਾਂ ਵਪਾਰੀਕਰਨ ਕਰ ਦੇ, ਕੋਈ ਇਹ ਤੋਂ ਵੱਧ ਕੋਈ ਇਹ ਤੋਂ ਵੱਧ ਕੋਈ ਹੋ ਸਕਦੀ ਹੈ ਜੀ? ਮਤਲਬ ਕਹੀਏ ਤਾਂ ਕਿ ਇਹੋ ਜਿਹਾ ਧੰਦਾ, ਗੋਰਖ ਧੰਦਾ, ਕਿ ਜਿਹੜਾ ਬਾਣੀ ਵੇਚੇ, ਜਿਹੜਾ ਗੁਰਬਾਣੀ ਵੇਚੇ, ਜਿਹੜੀ ਕਿ ਸਾਰਿਆਂ ਲਈ ਹੈ, ਸਭ ਲਈ ਅਵੇਲੇਬਲ ਹੋਣੀ ਚਾਹੀਦੀ ਹੈ। ਸੋ ਇਹਦੇ ਵਿੱਚ ਤਾਂ ਮੈਂ ਇਹੀ ਕਿਹਾ ਕਿ ਭਾਈ ਤੁਸੀਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਆਪ ਫੈਸਲਾ ਕਰ ਲਏ। ਕੈਮਰੇ ਨਹੀਂ ਬਦਲਣ ਲੱਗੇ, ਉਹ ਇਹਨਾਂ ਨੂੰ ਪਤਾ ਹੀ ਨਹੀਂ, ਅਸਲ 'ਚ ਟੈਕਨੀਕਲ ਨਹੀਂ ਪਤਾ ਇਹਨਾਂ ਨੂੰ, ਕੈਮਰੇ ਕੁਛ ਨਹੀਂ, ਉਹ ਕੈਮਰੇ ਉਹੀ ਹੋਣਗੇ ਬਿਲਕੁਲ ਜਿਵੇਂ ਹੁਣ ਆਪਣੇ ਕੋਲ ਕੈਮਰਾ ਕੋਈ ਨਹੀਂ ਲੱਗਿਆ ਹੋਇਆ ਇੱਥੇ, ਪਰ ਸਾਰੀ ਦੁਨੀਆ ਲਾਈਵ ਦੇਖ ਰਹੀ ਹੈ, ਕਿਉਂਕਿ ਜਿਹੜੇ ਕੈਮਰੇ ਉਹ ਦੋ ਲੱਗੇ ਹੋਏ ਨੇ, ਇੱਧਰ ਲੱਗੇ ਹੁਣ ਆਹ ਲੱਗਿਆ ਹੋਇਆ, ਬਸ ਸਾਰਾ ਜਦੋਂ ਮਨਪ੍ਰੀਤ ਵਾਲੀ ਜੀ ਬੋਲਦੇ ਆ ਉਹਨਾਂ 'ਤੇ ਹੋਜੂਗਾ, ਜਦੋਂ ਮੈਂ ਬੋਲਦਾ ਮੇਰੇ 'ਤੇ ਹੋਜੂਗਾ। ਸੋ ਉਹ ਬਾਣੀ ਜਿਹੜੀ ਹੈ ਉੱਥੇ ਉੱਥੋਂ ਬਾਹਰ ਫੀਡ ਜਿਹੜੀ ਹੈ ਉਹ ਫਰੀ ਆਫ ਕੋਸਟ ਜਾਵੇ, ਅਤੇ ਸਾਰੇ ਆਡੀਓ ਆਡੀਓ ਮੈਂ ਨਾਲ ਕਿਉਂ ਕਿਹਾ ਜੀ, ਸਾਡੇ ਬਹੁਤ ਸਾਰੇ ਪੰਜਾਬੀ ਨੇ ਟੈਕਸੀਆਂ ਚਲਾਉਂਦੇ ਨੇ, ਟੋਰਾਂਟੋ, ਵੈਨਕੂਵਰ, ਮੈਲਬਰਨ, ਸਿਡਨੀ ਟੈਕਸੀ ਡਰਾਈਵਰ ਨੇ, ਜਿਸ ਤਰ੍ਹਾਂ ਕਿਹਾ ਕਿ ਜੋਗ੍ਰਾਫਿਕਲੀ ਕੋਹਲੀ ਸਾਹਿਬ ਨੇ ਦੱਸਿਆ ਟਾਈਮ ਦਾ ਫਰਕ ਹੁੰਦਾ, ਟਾਈਮ ਜ਼ੋਨ ਦਾ, ਉਹ ਉਸ ਵੇਲੇ ਟੈਕਸੀ ਚਲਾ ਰਹੇ ਹੁੰਦੇ ਨੇ, ਉਸ ਵੇਲੇ ਅਰਦਾਸ ਦਾ ਟਾਈਮ ਹੁੰਦਾ ਜਾਂ ਗੁਰਬਾਣੀ ਚੱਲ ਰਹੀ ਹੁੰਦੀ ਹੈ ਕੀਰਤਨ, ਉਹ ਨਹੀਂ ਦੇਖ ਸਕਦੇ, ਉਹਨੂੰ ਕੋਈ ਅਵੇਲੇਬਿਲਿਟੀ ਨਹੀਂ ਹੈਗੀ ਟੀਵੀ ਦੀ, ਤਾਂ ਆਪਣਾ ਰੇਡੀਓ ਲਾ ਲੈਣ ਕੋਈ ਵੀ, ਹਰੇਕ ਰੇਡੀਓ ਨੂੰ ਫਰੀ। ਟਰੱਕਾਂ ਵਾਲੇ ਮੁੰਡੇ ਨੇ ਲੌਂਗ 'ਤੇ ਜਾਂਦੇ ਨੇ, ਉਹਨੂੰ ਲੌਂਗ 'ਤੇ ਕਹਿੰਦੇ ਆ ਸਰ, ਕੈਲੀਫੋਰਨੀਆ ਤੋਂ ਸ਼ਿਕਾਗੋ, ਟੋਰਾਂਟੋ ਤੋਂ ਸ਼ਿਕਾਗੋ, ਇੰਡੀਆਨਾ, ਇੱਧਰ ਜਾਂਦੇ ਆ, 3 ਦਿਨ ਜਾਣ ਨੂੰ, 3 ਦਿਨ ਆਉਣ ਨੂੰ, ਉਹਨਾਂ ਕੋਲ ਸਿਰਫ ਰੇਡੀਓ ਹੁੰਦਾ, ਰੇਡੀਓ ਚੱਲਦੇ ਆ ਉੱਥੇ, ਤਾਂ ਉੱਥੇ ਜੇ ਬਾਣੀ ਸੁਣਨਾ ਚਾਹੁੰਦੇ ਹੋਣ ਤਾਂ ਬਾਣੀ ਸੁਣ ਸਕਦੇ। ਟਰੱਕ 'ਤੇ ਜਾਂਦੇ ਜਾਂਦੇ ਬਾਣੀ ਸੁਣਨ ਅਰਦਾਸ ਹੋਵੇ, ਹੋ ਸਕਦਾ ਬਹੁਤ ਸਾਰੇ ਇਹੋ ਜਿਹੇ ਵੀ ਹੋਣਗੇ ਜਿਹਨਾਂ ਨੂੰ ਪਤਾ ਹੋਵੇ ਕਿ 9:30 'ਤੇ ਅਰਦਾਸ ਹੁੰਦੀ ਹੈ, ਰੈਸਟ ਏਰੀਏ 'ਚ ਅਸੀਂ ਟਰੱਕ ਰੋਕ ਕੇ ਗੁਰੂ ਸਾਹਿਬ ਦੀ ਅਰਦਾਸ 'ਤੇ ਵੀ ਸ਼ਾਮਿਲ ਹੋ ਸਕ। ਆਡੀਓ ਤਾਂ ਫਿਰ ਆਡੀਓ 'ਤੇ ਕਿਉਂ ਨਹੀਂ ਪ੍ਰੋਬਲਮ ਕਰ ਰਹੇ ਸਾਰੇ? ਇੱਕ ਚੀਜ਼ ਨੋਟ ਕਰਿਓ, ਇਹ ਆਡੀਓ 'ਤੇ ਕਿਉਂ ਨਹੀਂ ਪ੍ਰੋਬਲਮ ਕਰ ਰਹੇ, ਵੀਡੀਓ 'ਤੇ ਕਰ ਰਹੇ ਨੇ, ਕਿਉਂਕਿ ਚੈਨਲ ਹੈ ਇਹਨਾਂ ਦਾ, ਰੇਡੀਓ ਹੈ ਨਹੀਂ ਇਹਨਾਂ ਦਾ ਜੀ, ਇਹ ਫੰਗ ਹੈ। ਆਡੀਓ 'ਤੇ ਪ੍ਰੋਬਲਮ ਕਰ, ਕੋਈ ਪ੍ਰੋਬਲਮ ਨਹੀਂ, ਵੀਡੀਓ ਸਾਡੀ ਹੈ ਸਰ, ਇਹ ਤਾਂ ਨਹੀਂ ਹੋਊਗਾ। ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਕਿਹਾ, ਅਸੀਂ ਵੀ ਨਿਮਾਣੇ ਸਿੱਖ ਹਾਂ, ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਧਰਮ ਦੀ ਜਿਹੜੀ ਜੈ ਜੈਕਾਰ ਪੂਰੀ ਦੁਨੀਆ 'ਚ ਹੋਵੇ। ਅੱਜ ਜਿਹੜੇ ਬੱਚੇ ਸਮਝਦਾਰ ਹੋਏ ਨੇ, ਅੱਜ ਜਿਹੜੇ ਬੱਚੇ ਜੰਮੇ ਨੇ, ਉਹਨਾਂ ਨੇ ਹਜੇ ਤਾਂ ਬਾਣੀ ਪੜ੍ਹਨੀ ਹੈ, ਬਾਣੀ ਤੋਂ ਸਿੱਖਿਆਵਾਂ ਲੈਣੀਆਂ ਨੇ, ਪ੍ਰੇਰਿਤ ਹੋਣਾ। ਸੋ ਅਸੀਂ ਇਸ ਕਰਕੇ ਕਿ ਉਹ ਕਿਸੇ ਖਾਸ ਬੰਦੇ ਦਾ ਚੈਨਲ ਹੈ ਅਤੇ ਉਸ ਬੰਦੇ ਦਾ ਜਾਂ ਉਸ ਪਰਿਵਾਰ ਦਾ ਉਸ ਕਮੇਟੀ 'ਤੇ ਪ੍ਰਭਾਵ ਹੈ ਅਤੇ ਉਹਨਾਂ ਦੇ ਚੈਨਲ ਹੀ ਇਹ ਚਲਾਉਣਗੇ, ਇਹ ਨਹੀਂ ਹੋ ਸਕਦਾ। ਪਰ ਮੈਂ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਪੀ ਟੀ ਸੀ ਨੂੰ ਕੋਈ ਵਿਰੋਧ ਨਹੀਂ ਕਰਨਾ ਚਾਹੀਦਾ, ਕਿਉਂਕਿ ਪੀ ਟੀ ਸੀ ਨੂੰ ਫਰੀ ਦੇ ਵਿੱਚ ਐਡ ਜਿਹੜੀ ਆ ਉਹ ਫੀਡ ਮਿਲੂਗੀ, ਉਹ ਉਸੇ ਟਾਈਮ 'ਤੇ ਗੁਰਬਾਣੀ ਚਲਾ ਸਕਦੇ ਨੇ। ਮੈਂ ਉਹਨਾਂ ਨੂੰ ਕਦੋਂ ਰੋਕਦਾ ਜੀ? ਮੈਂ ਤਾਂ ਇਹ ਕਹਿੰਦਾ ਕਿ ਬਾਕੀਆਂ ਨੂੰ ਵੀ ਸ਼ੁਰੂ ਕਰੋ, ਬਾਕੀਆਂ ਦਾ ਵੀ ਉਨਾ ਹੀ, ਉਹਨਾਂ ਦੀ ਆਪਣੀ ਰੀਚ ਹੈ, ਕਿਸੇ ਦੀ ਆਪਣੀ ਰੀਚ ਹੈ, ਕੋਈ ਨੌਰਥ ਇੰਡੀਆ ਚੱਲਦਾ, ਕੋਈ ਸਾਊਥ ਇੰਡੀਆ ਚੱਲਦਾ, ਕੋਈ ਥਾਈਲੈਂਡ ਚੱਲਦਾ ਚੈਨਲ, ਕੋਈ ਇਕੱਲੇ ਕਨੇਡਾ ਚੱਲਦਾ, ਕੋਈ UK ਚੱਲਦਾ, ਆਪਣੀ ਆਪਣੀ ਰੀਚ ਹੈ ਸਾਰਿਆਂ ਦੀ। ਸੋ ਜਿੱਥੇ ਵੀ ਰੀਚ ਹੋਵੇ ਤਾਂ ਸਾਡੇ ਗੁਰੂ ਸਾਹਿਬ ਦੀ ਰੀਚ ਉੱਥੇ ਤੱਕ ਜਾਵੇ, ਸਾਡੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਗੁਰਬਾਣੀ ਰਾਹੀਂ ਉਸ ਤੱਕ ਜਾਣੀਆਂ ਚਾਹੀਦੀਆਂ ਨੇ। ਆਹ ਮਕਸਦ ਹੈ ਜੀ, ਹੋਰ ਕੋਈ ਨਾ ਹੀ ਕੋਈ ਕਦੇ, ਨਾ ਤਾਂ ਧਰਮ ਦੇ ਨਾਂ 'ਤੇ ਅਸੀਂ ਵੋਟਾਂ ਮੰਗਦੇ ਹਾਂ ਸਰ, ਅਸੀਂ ਤਾਂ ਬਿਜਲੀ ਦੇ ਨਾਂ 'ਤੇ, ਅਸੀਂ ਤਾਂ ਸਕੂਲਾਂ ਦੇ ਨਾਂ 'ਤੇ, ਮੁਹੱਲਾ ਕਲੀਨਿਕਾਂ ਦੇ ਨਾਂ 'ਤੇ ਵੋਟਾਂ ਮੰਗਦੇ ਹਾਂ। ਸੁੱਖੀ ਜੀ ਬੈਠੇ ਨੇ ਜਲੰਧਰ ਲੜੇ ਸੀ ਇਲੈਕਸ਼ਨ, ਅਸੀਂ ਤਾਂ ਕਦੇ ਨਹੀਂ ਕਿਹਾ ਕਿ ਕਿਸੇ ਜਾਤੀ ਨੂੰ ਪਾਓ ਜਾਂ ਫਲਾਨੀ ਜਾਤੀ ਜਾਂ ਧਰਮ ਨੂੰ ਪਾਓ ਜਾਂ ਕਰੋ, ਅਸੀਂ ਆਪਣਾ ਪ੍ਰਚਾਰ ਕੀਤਾ, ਇਹਨਾਂ ਨੇ ਆਪਣਾ ਕੀਤਾ। ਲੋਕਤੰਤਰ ਹੈ, ਲੋਕਤੰਤਰ ਨੇ, ਹਾਂ ਉਮੀਦ ਸਾਰਿਆਂ ਨੂੰ ਹੁੰਦੀ ਹੈ, ਉਹ ਤਾਂ ਮਸ਼ੀਨਾਂ ਆਖਰੀ ਮਸ਼ੀਨ ਖੋਲ੍ਹਣ ਤੱਕ ਵੀ ਉਮੀਦ ਤਾਂ ਜਾਗਦੀ ਰਹਿਣੀ ਚਾਹੀਦੀ ਹੈ, ਉਮੀਦ 'ਤੇ ਦੁਨੀਆ ਕਾਇਮ ਹੈ। ਸੋ ਸਾਨੂੰ ਲੋਕਾਂ ਨੇ, ਸਾਡੇ ਲੋਕਾਂ ਨੇ ਕੰਮਾਂ ਨੂੰ ਪਸੰਦ ਕਰ ਲਿਆ, ਸੋ ਅਸੀਂ ਕਦੇ ਕਿਸੇ ਧਰਮ 'ਚ ਕੋਈ ਦਖਲ ਨਹੀਂ ਦਿੰਦੇ,
अज तो चाहते हैं सारे धर्म जे किसी नूं निम पूज के संतुष्टि मिलती है, निम दे दरख्त नूं पूज के किसी नूं संतुष्टि मिलती है, तो मैनू कोई हक नहीं है कहण दा कि तेरे निम नाल मेरी टाली ज्यादा वधिया। उहनूं निम पूज के संतुष्टि मिलती है, मिलण दो, उहदी जिथे लगी है तो लगी रहण दो। सो इस करके साडे कोल एक शब्द गुरु है, वह किसी होर दुनिया के धर्म को है नहीं, साडे कोल एक शब्द गुरु है जो जिदे कोई भी अंग नूं पढ़ोगे तो विस्तार करने वास्ते दो दो महीने लग सकते हैं। उहदा प्रचार प्रसार होना चाहिए। 550 साल पहला लिखा गया पवन गुरु पाणी पिता माता धरत महत। ना तो उस वेले कोई फैक्ट्रियां होणगियां जिहड़ियां धूआं करदियां होणगियां, ना कोई पानी डंप करता होगा थले बोर ला के, ना ही कोई स्परे करता हो मोनोक्रोटोफास दी उस वेले, ना। उस वेले लिखा गया पवन गुरु पाणी पिता माता धरत महत, तिन्ने बचा लो हवा पानी धरती। अज असीं उह तिन्नां नाल जूझ रहे हैं कि बचाउण दी कोशिश कर रहे हैं। सो वह बाणी जो रविंद्र नाथ टैगोर जी नूं पुछया गया कि तुसीं नैशनल एंथम लिखता जनगणमन बहुत वधिया, तुसीं वर्ल्ड एंथम लिख दो, रविंद्र नाथ टैगोर जी का जवाब से कि वर्ल्ड एंथम तो ऑलरेडी गुरु नानक साहब लिख गए, जिहड़ा आर्त उहदे विच लखां पताल लखां सूरज, वह वर्ल्ड एंथम तो गुरु नानक साहब लिख गए। तो जिहड़ी बाणी दे विच वर्ल्ड का एंथम लिखा होया तो पूरी वर्ल्ड दे विच क्यों नहीं जा सकती हो, इक्को ही चैनल ते इक्को ही डिश ते जां इक्को ही एक टीवी ते क्यों महदूद है, क्यों राखमी है, गलत गल है। सो असी चाहते हाँ कि पवित्र गुरबाणी घर घर जाए, जिथे भी बंदा अजकल दे जमाने च हथ लावे मोबाइल में हथ लावे गुरबाणी आवे, टीवी का सुच दबे गुरबाणी आवे, रेडियो का सुच दबे गुरबाणी आवे। तो मैं मानयोग स्पीकर साहब थोड़ा बहुत बहुत धन्यवाद करदा कि तुसी मैनू बहुत ही पवित्र सदन दे विच और बहुत ही पवित्र जिहड़ा डिबेट है उहदे ते मैनू बोलण दा मौका दिता, और मैं अपने आप नूं बड़भागा समझदा कि जे किते गुरु साहब ने बख्शिश की ये बिल जिहड़ा सर्वसम्मति नाल पास होवे ते असी आने वाले दिनों दे विच लगभग महीने बाद असी साडी गुरुआं दी जिहड़ी गुरबाणी है उहनूं जिधर नूं मूंह करिए बस सानू गुरबाणी सुने, तो यही मैं तुहाडे सामने कहना सीगा। और मैं हुण बिल पास करन संबंधी मैं तुहाडे तों इजाजत भी लूँगा, तो तुसीं मैनूं मौका दिता बोलण लई और बहुत बहुत तुहाडा धन्नवाद। थैंक यू मुख्यमंत्री साहब। प्रश्न है कि सिख गुरद्वारा सोधना बिल 2023 ते तुरंत विचार किया जाए, जेड़े माणयोग मैंबर प्रस्ताव के हक में हाँ कह, जेड़े माणयोग मैंबर प्रस्ताव के विरुद्ध ना कह। है जी यारी साहब, अच्छा ना है, ना है जी ना, पर ठीक मैं समझता हाँ कि हाँ पकड़ी जीता है, हाँ पकड़ी जीता है, प्रस्ताव स्वीकार होया। हुण सदन बिल ते कलाजवार विचार करेगा, कलाज एक दी सब कलाज दो। प्रश्न है कि कलाज एक दी सब कलाज दो बिल का हिस्सा है, जेड़े माणयोग मैंबर प्रस्ताव के हक में हाँ कह, जेड़े माणयोग मैंबर प्रस्ताव के विरुद्ध ना कह। मैं समझदा हाँ कि हाँ पकड़ी जीता है, हाँ पकड़ी जीता है, प्रस्ताव स्वीकार होया। कलाज दो, प्रश्न है कि कलाज दो बिल का हिस्सा है, जेड़े माणयोग मैंबर प्रस्ताव के हक में हाँ कह, जेड़े माणयोग मैंबर प्रस्ताव के विरुद्ध ना कह। मैं समझदा हाँ कि हाँ पकड़ी जीता है, हाँ पकड़ी जीता है, प्रस्ताव स्वीकार होया। कलाज एक दी सब कलाज एक, प्रश्न है कि कलाज एक दी सब कलाज एक बिल का हिस्सा है, जेड़े माणयोग मैंबर प्रस्ताव के हक में हाँ कह, जेड़े माणयोग मैंबर प्रस्ताव के विरुद्ध ना कह। मैं समझदा हाँ पकड़ी जीता है, हाँ पकड़ी जीता है, प्रस्ताव स्वीकार होया। सिरलेख, प्रश्न है कि सिरलेख बिल का सिरलेख है, जेड़े माणयोग मैंबर प्रस्ताव के हक में हाँ कह, जेड़े माणयोग मैंबर प्रस्ताव के विरुद्ध ना कह। मैं समझदा हाँ हाँ पकड़ी जीता है, हाँ पकड़ी जीता है, प्रस्ताव स्वीकार होया। माणयोग मुख्यमंत्री जी बिल पास करने प्रस्ताव पेश कर। माननीय स्पीकर साहब,
मैं प्रस्ताव करता हाँ कि द सिख गुरद्वारा अमेंडमेंट बिल 2023 पास किया जाए। प्रश्न है कि सिख गुरद्वारा सोधना बिल 2023 पास किया जाए, जेड़े माणयोग मैंबर प्रस्ताव के हक विच हन ओ हाँ कहन, जेड़े माणयोग मैंबर प्रस्ताव के विरुद्ध हन ओ ना कहन। मैं समझदा हाँ हाँ पकड़ी जित है, हाँ पकड़ी जित है, प्रस्ताव स्वीकार होया।